ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਆਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ, ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਆਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋਅ। ਥੈਂਕ ਯੂ ਵੈਰੀ ਮੱਚ। ਜੀ ਡਾਕਟਰ ਸਾਹਿਬ, ਅੱਜ 12 ਮਈ 2015 29 ਵਿਸਾਖ ਨਾਨਕ ਸ਼ਾਹੀ ਸੰਮਤ 547 ਦਾ ਦਿਨ ਹੈ। ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀਆਂ ਕੁਝ ਅਹਿਮ ਘਟਨਾਵਾਂ ਨਾਲ। ਜੀ ਡਾਕਟਰ ਸਾਹਿਬ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੀਆਂ ਕੁਝ ਅਹਿਮ ਘਟਨਾਵਾਂ। ਸਭ ਤੋਂ ਪਹਿਲਾਂ ਤਾਂ ਸਾਡਾ ਧਿਆਨ ਨੇਪਾਲ ਵੱਲ ਫਿਰ ਜਾਂਦਾ ਹੈ, ਜਿੱਥੇ ਅੱਜ ਫਿਰ 7.3 ਇੰਟੈਂਸਿਟੀ ਦਾ ਰਿਕਟਰ ਸਕੇਲ, ਜਿਹੜਾ ਉਹਨਾਂ ਦਾ ਮੇਸ਼ਰਿੰਗ ਪੈਮਾਨਾ, ਇੱਕ ਭੂਚਾਲ ਆਇਆ ਜਿਸ ਦੇ ਵਿੱਚ ਹੁਣ ਤੱਕ ਦੀਆਂ ਖ਼ਬਰਾਂ ਮੁਤਾਬਕ 50 ਤੋਂ ਜ਼ਿਆਦਾ ਮੌਤਾਂ ਹੋਈਆਂ ਨੇ, 1100 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਨੇ ਅਤੇ ਹਜ਼ਾਰਾਂ ਹੋਰ ਬੇਘਰ ਨੇ। ਇਸ ਵਾਰ ਵੀ ਸਰਤਕੁਏਕ ਦਾ ਅਸਰ ਬਿਹਾਰ 'ਚ ਵੀ ਹੋਇਆ। ਬਿਹਾਰ ਦੇ ਵਿੱਚ 16 ਮੌਤਾਂ ਹੋਈਆਂ ਨੇ, ਔਰ ਜਦੋਂ ਪਹਿਲਾਂ ਵੀ ਭੂਚਾਲ ਆਇਆ ਸੀ ਬਿਹਾਰ ਦੇ ਵਿੱਚ 58 ਲੋਕ ਮਰੇ ਸੀ। ਔਰ ਇਹ ਜਿਹੜਾ ਹੁਣ ਨੌਰਥ ਈਸਟ ਡਿਸਟ੍ਰਿਕਟਸ ਦੇ ਵਿੱਚ ਨੇਪਾਲ ਦੇ ਭੂਚਾਲ ਆਇਆ, ਉਸ ਦਾ ਅਸਰ ਈਵਨ ਉੱਤਰੀ ਭਾਰਤ ਦੇ ਵਿੱਚ ਵੀ ਦੇਖਿਆ ਗਿਆ, ਪੰਜਾਬ ਦੇ ਵਿੱਚ ਵੀ, ਦਿੱਲੀ ਦੇ ਵਿੱਚ ਵੀ ਇਸ ਦੇ ਝਟਕੇ ਮਹਿਸੂਸ ਕੀਤੇ ਗਏ। ਔਰ 7.3 ਰਿਕਟਰ ਸਕੇਲ ਦੇ ਅਰਥਕੁਏਕ ਆਉਣ ਤੋਂ ਬਾਅਦ ਫਿਰ ਉਪਰੋਂ ਥੱਲੇ 8 ਆਫਟਰ ਸ਼ੌਕ ਆਏ, ਉਸ ਤੋਂ ਬਾਅਦ ਫਿਰ ਝਟਕੇ ਲੱਗੇ, ਔਰ ਉਹਨਾਂ 'ਚੋਂ ਇੱਕ ਹੋਰ ਜਿਹੜਾ ਪਾਵਰਫੁਲ 6.3 ਜਿਹੜਾ ਰਿਕਟਰ ਸਕੇਲ ਦੇ ਉੱਤੇ ਸੀ। ਸੋ ਮੈਂ ਕਈ ਵਾਰ ਇਹ ਦੇਖਦਾ ਹਾਂ, ਇਹਨਾਂ ਦੀ ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਮਿਸ ਫੋਰਚੂਨਸ ਨੈਵਰ ਕਮ ਅਲੋਨ, ਦੇ ਕਮ ਇਨ ਥਰੀਸ, ਕਿ ਜਦੋਂ ਕੁਛ ਵਾਪਰਨ ਲੱਗਦਾ ਹੈ ਕਿ ਕੋਈ ਮੰਦੀ ਘਟਨਾਵਾਂ ਇੱਕ ਨਹੀਂ ਵਾਪਰਦੀ, ਫਿਰ ਇੱਕ ਤੋਂ ਬਾਅਦ ਇੱਕ ਹੁੰਦੀ ਹੈ, 3 ਆਉਂਦੀਆਂ ਨੇ ਨੈਰੋ ਜੀ। ਅਤੇ ਸਾਡੇ ਥੋੜ੍ਹੇ ਜਿਹੇ ਬਾਹਮਣਾਂ ਦਾ ਅਸਰ ਸੀ, ਅਤੇ ਉੱਥੇ ਜਦੋਂ ਇੱਕ ਤੋਂ ਬਾਅਦ ਦੂਜੀ ਘਟਨਾ ਆ ਜਾਏ ਅਤੇ ਉਹ ਦੂਜੇ ਹੀ ਕਹਿਣ ਲੱਗ ਜਾਂਦੇ ਨੇ ਇਹਦੇ 'ਤੇ 67 ਆ ਗਈ ਜੀ। ਜੋ 67 ਤਾਂ ਪਤਾ ਨਹੀਂ ਕਿਹਨੂੰ ਸਾੜਦੀ ਹੈ, ਪਰ ਇਹ ਜ਼ਰੂਰ ਹੈ ਕਿ ਕਈ ਵਾਰ ਜਦੋਂ ਤੁਸੀਂ ਉਸ ਕਿਸਮ ਦੇ ਇੱਕ ਦੌਰ 'ਚੋਂ ਗੁਜ਼ਰ ਰਹੇ ਹੋ, ਜਿੱਥੇ ਖਾਸ ਤੌਰ 'ਤੇ ਨੇਪਾਲ ਦੇ ਹਵਾਲੇ ਨਾਲ ਕਿ ਬੜੀ ਮੁਸ਼ਕਲ ਨਾਲ ਜਿਸ ਕਿਸਮ ਦੀ ਤਬਾਹੀ ਹੋਈ, ਆਲਰੇਡੀ ਨੇਪਾਲ ਨੂੰ ਕੰਟਰੀ ਆਫ ਟੈਂਟਸ ਕਹਿਣ ਲੱਗ ਗਏ ਸੀ ਜੀ, ਔਰ ਕਾਠਮੰਡੂ ਵੈਲੀ ਖਾਸ ਤੌਰ 'ਤੇ ਜ਼ਿਆਦਾ ਪ੍ਰਭਾਵਿਤ ਸੀ, ਔਰ ਹੁਣ ਜਿਹੜਾ ਪ੍ਰਭਾਵ ਹੈ ਹੁਣ ਉਹਨਾਂ ਜ਼ਿਲ੍ਹਿਆਂ 'ਚ ਵੀ, ਨੌਰਥ ਈਸਟ ਅਤੇ ਨੇਪਾਲ ਦੇ, ਜਿੱਥੇ ਪਹਿਲੇ ਬਹੁਤਾ ਪ੍ਰਭਾਵ ਨਹੀਂ ਸੀ, ਪ੍ਰਭਾਵ ਤਾਂ ਸਾਰੇ ਪਾਸੇ ਹੋਇਆ ਸੀ ਉਸ ਦਾ ਜੀ। ਸੋ ਅਸੀਂ ਇਹ ਸਮਝਦੇ ਹਾਂ ਕਿ ਉਹ ਬਹਾਦਰ ਨੇ ਸਾਡੇ ਵੀਰ ਭੈਣਾਂ ਜਿਹੜੇ ਉੱਥੇ ਜਾ ਕੇ ਸਰਵ ਕਰ ਰਹੇ ਨੇ, ਯੂਨਾਈਟਿਡ ਸਿੱਖਸ ਨੇ ਇਸ ਮਾਮਲੇ ਦੇ ਵਿੱਚ ਬਹੁਤ ਚੰਗਾ ਕੰਮ ਕੀਤਾ ਹੈ। ਉਹਨਾਂ ਦੀਆਂ ਪ੍ਰੈਸ ਰਿਲੀਜ਼ ਮੈਂ ਅਕਸਰ ਮੋਨੀਟਰ ਕਰਦਾ, ਔਰ ਉਹਨਾਂ ਦੀਆਂ ਰੈਸਕਿਊ ਟੀਮਸ ਤਾਂ ਗਵਰਨਮੈਂਟਾਂ ਦੀਆਂ ਉਹਨਾਂ ਨੇ ਵਾਪਸ ਭੇਜ ਦਿੱਤੀਆਂ, ਪਰ ਜਿਹੜੀਆਂ ਰਿਲੀਫ ਟੀਮਸ ਨੇ, ਜਿਹਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ, ਕਿਉਂਕਿ ਡੈੱਡ ਬਾਡੀਜ਼ ਤਾਂ ਰਬਲ 'ਚੋਂ ਕੱਢ ਲਈਆਂ, ਉਹ ਤਾਂ ਡੈੱਡ ਹੁੰਦੇ ਨੇ ਜੀ, ਪਰ ਜਿਹੜੇ ਜ਼ਖਮੀ ਨੇ, ਜਦੋਂ ਵੀ, ਕਿਉਂਕਿ ਭੂਚਾਲ, ਜਿਵੇਂ ਮੈਂ ਅੱਗੇ ਵੀ ਕਿਹਾ ਸੀ, ਕੋਈ ਆਪਣੇ ਆਪ 'ਚ ਤਾਂ ਨਹੀਂ ਕੁਛ ਨੁਕਸਾਨ ਕਰਦਾ, ਜਦੋਂ ਉੱਤੇ ਬਿਲਡਿੰਗ ਡਿੱਗਦੀ ਹੈ, ਸਟਰਕਚਰ ਡਿੱਗਦਾ, ਤਾਂ ਜ਼ਖਮੀ ਹੁੰਦੇ ਨੇ। ਸੋ ਉੱਥੇ ਜਿਹੜੀ ਫੂਡ ਔਰ ਵਾਟਰ ਤੋਂ ਬਾਅਦ ਜਿਹੜੀ ਦੂਸਰੀ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਉਹ ਦਵਾਈਆਂ ਨੇ, ਔਰ ਮੈਂ ਦੇਖ ਰਿਹਾ ਕਿ ਬੜੇ ਯੰਗ ਸਿੱਖ ਡਾਕਟਰ ਔਰ ਬੀਬੀਆਂ ਜਿਹੜੀਆਂ ਨੇ ਦੁਨੀਆਂ ਭਰ 'ਚੋਂ ਵਲੰਟੀਅਰ ਕਰਕੇ ਉੱਥੇ ਜਾ ਕੇ ਉਹਨਾਂ ਨੇ ਮੈਡੀਕਲ ਰਿਲੀਫ ਦੇ ਰਹੇ ਨੇ ਜੀ। ਸੋ ਅਸੀਂ ਸਮਝਦੇ ਹਾਂ ਕਿ ਸਿੱਖ ਸੰਗਤਾਂ ਨੂੰ ਅਸੀਂ ਅਪੀਲ ਵੀ ਕਰਾਂਗੇ ਕਿ ਵੱਧ ਤੋਂ ਵੱਧ ਨੇਪਾਲ ਦੇ ਇਹਨਾਂ ਪੀੜਤਾਂ ਦੀ ਮਦਦ ਕਰਨ, ਔਰ ਇਹ ਸਾਡੇ ਲਈ ਇੱਕ ਦੁੱਖ ਦੀ ਗੱਲ ਹੈ। ਅਗੇਨ, ਅਸੀਂ ਹਮਦਰਦੀ ਦੇ 4 ਸ਼ਬਦਾਂ ਤੋਂ ਬਿਨਾਂ ਹੋਰ ਕੀ ਕਹਿ ਸਕਦੇ ਹਾਂ, ਪਰ ਮੈਂ ਦੇਖਦਾ ਵੀ ਕਿਵੇਂ ਗੰਦੀ ਸਿਆਸਤ ਹਰ ਥਾਂ ਆ ਜਾਂਦੀ ਹੈ, ਕਿਉਂਕਿ ਲਾਸਟ ਅਰਥਕੁਏਕ ਜਿਹੜਾ ਆਇਆ, ਉਸ ਦੀ ਆੜ ਦੇ ਵਿੱਚ ਭਾਰਤ ਨੇ ਆਪਣੇ ਬਹੁਤ ਸਾਰੇ ਜਿਹੜੇ ਰਾਅ ਓਪਰੇਟਿਵ ਸੀ ਔਰ ਹਿੰਦੂਤਵੀ ਐਲੀਮੈਂਟ ਸੀ ਰਿਲੀਫ ਦੇ ਨਾਂ ਥੱਲੇ, ਉੱਥੇ ਵਾੜ ਦਿੱਤੇ ਜੀ। ਉਹਨਾਂ ਦੀਆਂ ਏਜੰਸੀਆਂ ਨੂੰ ਪਤਾ ਲੱਗ ਗਿਆ, ਔਰ ਉਹਨਾਂ ਨੇ ਕੁਛ ਦਿਨ ਪਹਿਲਾਂ ਹੀ ਇਹ ਕਿਹਾ ਸੀ ਕਿ ਵੀ ਸਾਰੇ ਹੀ ਦੇਸ਼ਾਂ ਦੇ ਜਿਹੜੇ ਰੈਸਕਿਊ ਵਰਕਰ ਦੇ ਨਾਂ ਥੱਲੇ ਲੋਕ ਨੇ, 34 ਦੇਸ਼ਾਂ ਦੇ ਸੀ, ਪਰ ਜ਼ਿਆਦਾ 80% ਦਾ ਭਾਰਤ ਦੇ ਸੀ, ਵੀ ਇੱਥੋਂ ਚਲੇ ਜਾਓ, ਔਰ 24 ਘੰਟੇ ਦਾ ਕਿੰਨਾ ਟਾਈਮ ਦਿੱਤਾ। ਹੁਣ ਜਿਹੜੇ ਉਦੋਂ ਮੋਦੀ ਦਾ ਜਿਹੜਾ ਪਹਿਲਾ ਬਿਆਨ ਸੀ ਅਰਥਕੁਏਕ ਵੇਲੇ ਕਿ ਜੀ ਅਸੀਂ ਹਰ ਨੇਪਾਲ ਦੇ ਸਿਟੀਜ਼ਨ ਜਿਹੜਾ ਹੈ ਉਸ ਦੇ ਜਿਹੜੇ ਅਸੀਂ 1 ਬਿਲੀਅਨ 30 ਮਿਲੀਅਨ ਭਾਰਤੀ ਜਿਹੜੇ ਹੈ ਅਸੀਂ ਉਹਨਾਂ ਦੇ ਅਥਰੂ ਪੂੰਜਾਂਗੇ, ਪਰ ਅੱਜ ਮੈਂ ਦੇਖ ਰਿਹਾ ਸੀ ਕਿ ਖਬਰ ਹੀ ਇਹ ਸੀ ਕਿ ਜੀ ਇੰਡੀਆ ਜਿਹੜੀ ਆ ਉਹ ਰੈਸਕਿਊ ਟੀਮਾਂ ਨਹੀਂ ਭੇਜੇਗਾ ਜਦੋਂ ਤੱਕ ਨੇਪਾਲ ਦੀ ਸਰਕਾਰ ਮੰਗ ਨਹੀਂ ਕਰਦੀ ਪੂਰਾ, ਜਿਵੇਂ ਪੂਰੇ ਜਿਹਨੂੰ ਕਹਿੰਦੇ ਨੇ ਕਿ ਵੀ ਵਿਗੜ ਕੇ ਇਸ ਅੰਦਾਜ਼। ਸੋ ਅਸੀਂ ਸਮਝਦੇ ਹਾਂ ਕਿ ਵੀ ਜਦੋਂ ਕਿਸੇ ਦੀ ਜਿਹੜੀ ਸ਼ਰਾਰਤ ਆ ਉਹ ਫੜੀ ਜਾਂਦੀ ਹੈ ਤਾਂ ਫਿਰ ਜਿਹੜਾ ਸ਼ਰਾਰਤੀ ਨਿਆਣਾ ਹੁੰਦਾ ਜਾਂ ਦੂਜਾ, ਉਹ ਮੂੰਹ ਹੋਰ ਤਰ੍ਹਾਂ ਬਣਾਇਆ ਹੁੰਦਾ ਉਹਨੇ, ਕਿ ਉਹਨੂੰ ਪਤਾ ਹੁੰਦਾ ਵੀ ਮੇਰੀ ਗੱਲ ਫੜੀ ਗਈ ਹੈ,
ਪਰ ਈਵਨ ਇਹ ਕਹਿਣਾ ਕਿ ਜੀ ਹੁਣ ਕਹਿਣਗੇ ਤੇ ਅਸੀਂ ਭੇਜਾਂਗੇ, ਪਹਿਲਾਂ ਤੁਸੀਂ ਉਹਨਾਂ ਦੇ ਕਹਿਣ ਤੇ ਗਏ ਸੀ ਜੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹਨਾਂ ਦਾ ਵੀ ਜਿਹੜਾ ਐਟੀਚਿਊਡ ਹੈ ਇਸ ਕਿਸਮ ਦੇ ਵੇਲੇ ਵੀ, ਹਾਲਾਂ ਇਹ ਨਹੀਂ ਅਸੀਂ ਕਹਿੰਦੇ ਕਿ ਵੀ ਇਹ ਉਹਨੂੰ ਸਿਚੁਏਸ਼ਨ ਨੂੰ ਇਹਨਾਂ ਨੇ ਇਸ ਕਿਸਮ ਦਾ ਬਣਾ ਕੇ ਫਿਰ ਇਹਨਾਂ ਲਈ, ਕਿਉਂਕਿ ਫੜੇ ਗਏ ਔਰ ਇਹਨਾਂ ਨੂੰ ਜਿਹੜਾ ਹੁਣ ਲੱਗਦਾ ਕਿ ਉਹਨੂੰ ਨੇਪਾਲ ਤੇ ਅਹਿਸਾਨ ਕਰਨਾ ਚਾਹੁੰਦੇ ਨੇ, ਦੇਖੋ ਜੀ ਤੁਸੀਂ ਸਾਨੂੰ ਕੱਢਿਆ ਸੀ ਹੁਣ ਤੁਹਾਨੂੰ ਸਾਡੀ ਲੋੜ ਪੈ ਗਈ ਜੀ। ਔਰ ਅਜੇ ਤੱਕ ਤਾਂ ਕੋਈ ਨੇਪਾਲ ਨੇ ਨਹੀਂ ਕਿਹਾ ਇਹਨਾਂ ਨੂੰ, ਮੇਰਾ ਖਿਆਲ ਹੈ ਕਿ ਵੀ ਜੇ ਇਹਨਾਂ ਨੂੰ ਨਾ ਹੀ ਕਹਿਣ ਤੇ ਚੰਗਾ, ਚਾਈਨਾ ਵਾਲਿਆਂ ਨੂੰ ਆਵਾਜ਼ ਮਾਰ ਲੈਣ, ਪਾਕਿਸਤਾਨ ਨੂੰ ਮਾਰ ਲੈਣ, ਉਹ ਬਿਹਤਰ ਹੋਏਗਾ ਇਹਨਾਂ ਨਾਲ ਜੀ। ਸੋ ਅਸੀਂ ਇਸ ਦੁੱਖ ਦੀ ਘੜੀ ਆਪਣੇ ਨੇਪਾਲ ਦੇ ਭੈਣਾਂ ਭਰਾਵਾਂ ਦੇ ਨਾਲ ਖੜੇ, ਉਹਨਾਂ ਦੇ ਲਈ ਅਸੀਂ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਹਿੰਮਤ ਹੌਸਲਾ ਮਿਲੇ ਇਸ ਕੁਦਰਤੀ ਤ੍ਰਾਸਦੀ ਦੇ ਨਾਲ, ਜਿਹੜਾ ਹੈ ਉਹ ਪੂਰੇ ਹੌਸਲੇ ਦੇ ਨਾਲ ਨਿਬੜ ਸਕਣ ਜੀ। ਜਿਹੜੀਆਂ ਦੋ ਨਿਊਜ਼ ਜਿਨ੍ਹਾਂ ਦੇ ਉੱਤੇ ਮੈਂ ਟਿੱਪਣੀ ਕਰਨੀ ਚਾਹਾਂਗਾ ਔਰ ਜਿਹੜੀਆਂ ਅਹਿਮ ਨੇ ਸਾਡੇ ਜਿਸ ਕਿਸਮ ਦਾ ਦਾਇਰਾਕਾਰ ਸਾਡਾ ਹੁੰਦਾ ਡਿਸਕਸ਼ਨ ਦਾ, ਮੋਦੀ ਨੇ ਜਿਹੜਾ ਆਪਣੀ ਚਾਈਨਾ ਫੇਰੀ ਸ਼ੁਰੂ ਕਰਨੀ ਹੈ ਇਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ, ਔਰ ਉਹਨੇ ਤਿੰਨ ਦੇਸ਼ਾਂ ਦਾ ਦੌਰਾ ਕਰਨਾ ਹੈ, ਚਾਈਨਾ, ਮੰਗੋਲੀਆ ਔਰ ਕੋਰੀਆ, ਸ਼ਾਇਦ 14 ਤਰੀਕ ਨੂੰ ਉਹ ਸ਼ੁਰੂ ਕਰ ਰਹੇ। ਇਸ ਦੌਰੇ 'ਚ ਮੰਗੋਲੀਆ ਔਰ ਕੋਰੀਆ ਤਾਂ ਨਾਲ ਰਿਹਾ, ਮੰਗੋਲੀਆ ਤਾਂ ਜਿਹੜਾ ਉੱਥੇ ਕੀ ਹੈ, ਛੋਟਾ ਜਿਹਾ ਇੱਕ ਦੇਸ਼ ਹੈ, ਉਹਨਾਂ ਦੇ ਨਾਲ ਤੋਂ ਕੀ ਕੱਢਣਾ, ਪਰ ਸਾਊਥ ਕੋਰੀਆ ਦੇ ਨਾਲ ਜਾਣ ਦਾ ਮਤਲਬ ਜਿਹੜਾ ਉਹ ਅਮਰੀਕਾ ਨੂੰ ਵੀ ਖੁਸ਼ ਕਰਨਾ ਔਰ ਇੱਕ ਪਾਸੇ ਕਿਉਂਕਿ ਨੌਰਥ ਕੋਰੀਆ 'ਚ ਚੀਨ ਦੇ ਨਾਲ ਹੁੰਦਾ ਉਹ ਬੈਲੈਂਸ ਵੀ ਕਰਦਾ ਇਹ ਦੱਸਣ ਦੇ ਲਈ ਕਿ ਜੇ ਅਸੀਂ ਬੜੀ ਵੱਡੀ ਪਾਵਰ ਹੈ। ਔਰ ਇਸ ਸਾਰੇ ਦੌਰੇ ਦੇ ਵਿੱਚ ਉਹਦੇ ਨਾਲ ਬਹੁਤ ਵੱਡੀ ਇੱਕ ਵਪਾਰੀਆਂ ਦੀ ਟੀਮ ਵੀ ਜਾ ਰਹੀ ਹੈ, ਸਾਰੇ ਅੰਬਾਨੀ ਔਰ ਦੂਸਰੇ, ਇਹ ਉਹੀ ਸਾਰੀ ਕਲਾਸ ਹੈ ਜਿਹੜੀ ਆਸਟ੍ਰੇਲੀਆ ਗਿਆ ਤਾਂ ਵੀ ਨਾਲ ਗਿਆ, ਦੂਜੀ ਥਾਂ 'ਤੇ ਜਹਾਜ਼ ਇਹਨਾਂ ਨਾਲ ਹੀ ਭਰਿਆ ਹੁੰਦਾ, ਕਿਉਂਕਿ ਇਹਨਾਂ ਨੇ ਮੋਦੀ ਨੂੰ ਜਿਤਾਉਣ ਦੇ ਲਈ ਬਹੁਤ ਸਰਮਾਇਆ ਲਾਇਆ ਹੋਇਆ। ਔਰ ਹੁਣ ਜਿਹੜਾ ਇਹ ਤਾਂ ਹੋਇਆ ਨਹੀਂ ਵੀ ਇੱਕ ਸਾਲ ਹੀ ਦੀ ਸਰਕਾਰ ਨੂੰ ਪੂਰੇ ਹੋਇਆ ਹੋ ਗਿਆ, ਬਾਹਰਲੀ ਇਨਵੈਸਟਮੈਂਟ ਤਾਂ ਆਏ ਹੀ ਨਹੀਂ, ਪਰ ਇਹ ਜਿਹੜੇ ਨੇ ਆਪਣੇ ਪੈਸੇ ਪੂਰੇ ਕਰ ਰਹੇ ਨੇ ਕਿ ਭਾਈ ਸਾਨੂੰ ਜਿਹੜਾ ਹੁਣ ਜੇ ਯੂਰੇਨੀਅਮ ਆਸਟ੍ਰੇਲੀਆ ਤੋਂ ਲੈਣਾ ਜਾਂ ਦੂਜਾ, ਉਹਦੇ 'ਚ ਸਾਰੇ ਵਪਾਰੀ ਵਿਚੋਲੇ ਜਿਹੜੇ ਨੇ ਖੜੇ ਕੀਤੇ ਹੋਏ ਨੇ। ਹੁਣ ਜਿਹੜਾ $5 ਬਿਲੀਅਨ ਦਾ ਰਫੇਲ ਜਹਾਜ਼ਾਂ ਦਾ ਸੌਦਾ ਵੀ ਫਰਾਂਸ ਦੇ ਨਾਲ ਮੋਦੀ ਨੇ ਕੀਤਾ, ਹਾਲਾਂ ਉਸ ਤੋਂ ਪਹਿਲੀ ਸਰਕਾਰ ਨੇ ਉਹ ਨੈਗੋਸ਼ੀਏਟ ਕੀਤਾ ਸੀ, ਉਹਦਾ ਇੱਕ ਹਿੱਸਾ ਸੀ ਕਿ 8 ਜਾਂ 10 ਜਹਾਜ਼ ਜਿਹੜੇ ਸੀ ਰਫੇਲ ਉਹ ਰੈਡੀ ਟੂ ਫਲਾਈ ਥੱਲੇ ਆਉਣੇ ਸੀ, ਅਤੇ ਉਸ ਤੋਂ ਬਾਅਦ ਉਸੇ ਕੰਪਨੀ ਨੇ ਜਿਹੜੀ ਇਹ ਜਹਾਜ਼ ਬਣਾਉਂਦੀ ਹੈ ਉਹਨਾਂ ਨੇ ਭਾਰਤ ਦੇ ਵਿੱਚ ਆਪਣਾ ਲਾਉਣਾ ਸੀ ਮੈਨੂਫੈਕਚਰਿੰਗ ਯੂਨਿਟ, ਔਰ ਭਾਰਤ 'ਚ ਤਿਆਰ ਹੋਣੇ ਸੀ ਜੀ। ਔਰ ਇੱਕ ਪਾਸੇ ਤਾਂ ਮੋਦੀ ਰੌਲਾ ਪਾ ਰਿਹਾ ਕਿ ਮੇਕ ਇਨ ਇੰਡੀਆ, ਪਰ ਦੂਜੇ ਪਾਸੇ ਧੜਾ ਧਰ ਬਾਹਰਲਾ ਜਿਹੜਾ ਸਟੱਫ ਜਿਵੇਂ ਰਫੇਲ ਖਰੀਦੇ, ਹੁਣ ਉਹ ਜਿਹੜੀ ਇਹਨੇ ਡੀਲ ਕੀਤੀ ਬਿਨਾਂ ਨਾ ਡਿਫੈਂਸ ਮਿਨਿਸਟਰੀ 'ਚ, ਨਾ ਕੋਈ ਕੰਸਲਟੇਸ਼ਨ, ਨਾ ਕੋਈ ਪ੍ਰੋਪਰ ਪ੍ਰੋਸੀਜਰ ਫੋਲੋ ਹੋਇਆ, ਜਾ ਕੇ ਦਸਖਤ ਕਰਾ ਕੇ ਉਹ ਜਿਹੜੀ ਬੈਂਕਰਪਟ ਹੋ ਰਹੀ ਜਹਾਜ਼ ਬਣਾਉਣ ਵਾਲੀ ਕੰਪਨੀ ਸੀ ਉਹਨਾਂ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ। ਸੋ ਅੰਦਰ ਕੀ ਚੱਲ ਰਿਹਾ, ਕਿਹੜੇ ਅੰਬਾਨੀ ਅਤੇ ਕਿਹੜੇ ਲਾਲਵਾਨੀ ਅਤੇ ਕਿਹੜੇ ਅਡਵਾਨੀ ਕਿੱਥੋਂ ਕੀ ਕਮਿਸ਼ਨ ਖਾ ਰਹੇ ਨੇ, ਇਹ ਜਦੋਂ ਕਿਤੇ ਨਿਰਪੱਖ ਜਾਂਚ ਹੋਈ ਕਦੇ ਇਹ ਦਾਇਰੇ 'ਚ ਆਏ ਕਾਨੂੰਨ ਦੀ ਗ੍ਰਿਫਤ, ਕਾਨੂੰਨ ਤਾਂ ਇਹਨਾਂ ਦਾ ਹੀ ਹੈ, ਅਤੇ ਫਿਰ ਇਹ ਗੱਲ ਸਾਹਮਣੇ ਆਏਗੀ। ਪਰ ਚਲੋ ਅਸੀਂ ਇਸ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਚੀਨ ਦੇ ਨਾਲ ਜਿਹੜਾ ਇਹ ਦੌਰਾ ਹੈ, ਹੁਣ ਇਹ ਨੌਰਥ ਕੋਰੀਆ, ਸਾਊਥ ਕੋਰੀਆ ਔਰ ਮੰਗੋਲੀਆ ਨੂੰ ਰਲਾਉਣਾ ਵੀ ਚੀਨ ਨੂੰ ਅਫੈਂਡ ਕਰਨੇ ਜੀ, ਪਰ ਇਸ ਦੇ ਨਾਲ ਹੀ ਅਸੀਂ ਇਹ ਦੇਖਦੇ ਹਾਂ ਕਿ ਜੇ ਹੁਣ ਦੀ ਦੇਖੀਏ ਵੀ ਇਸ ਦੌਰੇ 'ਚੋਂ ਕੀ ਨਿਕਲੇਗਾ। ਜ਼ਾਹਰ ਹੈ ਜਿਹੜਾ ਇਹਨਾਂ ਦਾ 60,000 ਸਕੁਅਰ ਕਿਲੋਮੀਟਰ ਜਿਹੜਾ ਇਹ ਕਲੇਮ ਕਰਦੇ ਨੇ ਕਿ ਜੀ ਚੀਨ ਦਾ ਬਾੜ 'ਚ ਲਿਆ, ਉਹਦੀ ਗੱਲ ਨਹੀਂ ਕਰਨਗੇ ਕਿਉਂਕਿ ਉੱਥੇ ਤਾਂ ਘੂਰੀ ਤੋਂ ਡਰਦੇ ਨੇ, ਕੋਈ ਹੋਰ ਬਾਰਡਰ ਇਸ਼ੂ ਨਹੀਂ ਹੋਏਗਾ। ਮੇਨ ਗੱਲ ਅਗੇਨ ਵਪਾਰਕ ਹਵਾਲੇ ਨਾਲ ਹੈ। ਹੁਣ ਜਿਹੜੀ ਚਾਈਨਾ ਦੀ ਭਾਰਤ ਦੇ ਨਾਲ ਟ੍ਰੇਡ ਹੈ, ਇਸ ਵੇਲੇ $65.85 ਬਿਲੀਅਨ ਜਿਹੜਾ ਉਹ ਚਾਈਨਾ ਜਿਹੜਾ ਉਹ ਟ੍ਰੇਡ ਕਰਦਾ ਭਾਰਤ ਦੇ ਨਾਲ ਜੀ, $65.85 ਬਿਲੀਅਨ। ਔਰ ਇਹਦੇ 'ਚੋਂ ਵੀ ਜਿਹੜੀਆਂ ਸਭ ਤੋਂ ਵੱਡੀ ਉਹਨਾਂ ਦੀ ਜਿਹੜੀ ਟ੍ਰੇਡਿੰਗ ਜਾਂ ਐਕਸਪੋਰਟਿੰਗ ਲਾਈਨ ਹੈ, ਉਹ ਜਿਹੜੀ ਭਾਰਤ ਦੀ ਜੈਨਰਿਕ ਮੈਡੀਸਨ ਇੰਡਸਟਰੀ ਹੈ ਉਹਦੇ 'ਚ ਉਹਦੀ ਜਿਹੜੀ ਸਪਲਾਈ ਹੈ 65% ਚਾਈਨਾ 'ਚੋਂ ਆਉਂਦੀ ਹੈ। ਜੈਨਰਿਕ ਕਿਵੇਂ ਹੈ, ਜਿਵੇਂ ਹੁਣ ਆਹ ਸਟੈਂਡਰਡ ਕੰਪਨੀਆਂ ਨੇ, ਗਲੈਕਸੋ ਹੈ, ਸੀਬਾ, ਲੈਡਰਲੇ ਹੈ, ਇਹਨਾਂ ਦਾ ਆਪਣਾ ਪੇਟੈਂਟ ਜਾਂ ਟ੍ਰੇਡਮਾਰਕ ਹੁੰਦਾ ਜਿਹੜੀ ਡਰੱਗ ਹੈ। ਸੋ ਸਾਲਟ ਜਿਹੜਾ ਉਹਦਾ ਉਸ ਨੂੰ, ਕਿਉਂਕਿ ਇਹ ਬੜਾ ਮਹਿੰਗਾ ਹੁੰਦਾ, ਇਹਨਾਂ ਕੰਪਨੀਆਂ ਨੇ ਜਦੋਂ ਇਹ ਦਵਾਈ ਕੱਢੀ ਹੁੰਦੀ ਹੈ, ਰਿਸਰਚ ਕਰਾਈ ਹੁੰਦੀ ਹੈ, ਉਹਦੇ 'ਤੇ ਬਹੁਤ ਇਨਵੈਸਟ ਕੀਤਾ ਹੁੰਦਾ, ਸੋ ਇਹਨਾਂ ਨੇ ਭਾਅ ਬੜੇ ਚੱਕੇ ਹੁੰਦੇ ਨੇ ਕਿਉਂਕਿ ਕਈ ਸਾਲ ਇਹ ਉਹਦੇ 'ਚੋਂ ਆਪਣੇ ਪੈਸੇ ਪੂਰੇ ਕਰਦੇ ਨੇ। ਸੋ ਇਸ ਦਾ ਜਿਹੜੇ ਗਰੀਬ ਦੇਸ਼ ਨੇ ਉਹਨਾਂ ਨੇ ਸਬਸਟੀਚਿਊਟ ਇਹ ਲੱਭਿਆ ਕਿ ਵੀ ਚਲੋ ਭਾਵੇਂ ਟ੍ਰੇਡਮਾਰਕ ਉਹ ਤਾਂ ਉਹਨਾਂ ਦਾ ਹੀ ਹੋਏਗਾ, ਲੇਕਿਨ ਜਿਹੜਾ ਸਾਲਟ ਉਸ ਮੈਡੀਸਨ 'ਚ ਹੁੰਦਾ ਉਹ ਬਣਾ ਲੈਂਦੇ ਨੇ, ਉਹ ਦੂਸਰੀਆਂ ਕੰਪਨੀਆਂ ਵੀ ਬਣਾਉਣ ਲੱਗ ਜਾਂਦੀਆਂ ਨੇ। ਸੋ ਉਹ ਚੀਪ ਹੁੰਦਾ,
ਸੋ ਉਹ ਵੀ ਚਾਈਨਾ ਦੀ ਬਹੁਤ ਵੱਡੀ ਡਰੱਗ ਇੰਡਸਟਰੀ ਹੈ ਜੈਨਰਿਕ ਦੀ, ਜਿਹੜੀ ਉਹ ਇੰਡੀਆ ਨੂੰ 65% ਇੰਡੀਆ ਦੀ ਜੈਨਰਿਕ ਡਰੱਗਸ ਦੀ ਸਪਲਾਈ ਚਾਈਨਾ ਤੋਂ ਹੈ। ਹੁਣ 65.85 ਬਿਲੀਅਨ ਡਾਲਰ ਦਾ ਸਟੱਫ ਚਾਈਨਾ ਭਾਰਤ 'ਚ ਭੇਜਦਾ ਅਤੇ ਵਾਪਸ ਜਿਹੜਾ ਇੰਡੀਆ ਹੈ ਉਹ 25 ਬਿਲੀਅਨ ਡਾਲਰ ਦੀਆਂ ਚੀਜ਼ਾਂ ਚਾਈਨਾ ਨੂੰ ਦਿੰਦਾ, ਜਿਹਦੇ 'ਚ ਬਹੁਤ ਸਾਰਾ ਆਇਰਨ ਹੈ, ਕਾਸਟ ਆਇਰਨ, ਕਿਉਂਕਿ ਚਾਈਨਾ ਦੇ ਵਿੱਚ ਜਿਹੜੀ ਇੰਨੀ ਤੇਜ਼ੀ ਦੇ ਨਾਲ ਉਸਾਰੀ ਮੈਨੂਫੈਕਚਰਿੰਗ ਹੁੰਦੀ ਹੈ ਵੀ ਉਹਨਾਂ ਨੂੰ ਕੱਚਾ ਲੋਹਾ ਚਾਹੀਦਾ, ਉਹ ਇੰਡੀਆ ਦੇ ਕੋਲ ਲੋਹੇ ਦੇ ਔਰ ਨੇ, ਉਹ ਉਹਨੂੰ ਭੇਜਦਾ। ਹੁਣ ਇਹ ਲਗਭਗ 37 ਬਿਲੀਅਨ ਡਾਲਰ ਦਾ ਬਿਜ਼ਨਸ ਡੈਫੀਸਿਟ ਹੈ, 37 ਬਿਲੀਅਨ ਡਾਲਰ ਚਾਈਨਾ ਜਿਹੜਾ ਹੈ ਮੋਰ ਟ੍ਰੇਡ ਕਰਦਾ ਇੰਡੀਆ ਨਾਲੋਂ, ਜਿਹੜਾ ਜਿੰਨਾ ਕੁ ਇੰਡੀਆ ਉਹਨਾਂ ਨੂੰ ਭੇਜਦਾ। ਸੋ ਇਹ ਜਿਹੜੇ ਵਪਾਰੀ ਨਾਲ ਚੱਲੇ ਨੇ, ਇਹਨਾਂ ਦਾ ਇੱਕ ਮਕਸਦ ਹੈ ਕਿ ਵੀ ਇਹਦੇ 'ਚ ਕੋਈ ਨਾ ਕੋਈ ਬ੍ਰੇਕ ਥਰੂ ਕਰਕੇ ਕੋਈ ਥੋੜ੍ਹਾ ਬਹੁਤ ਇਹਨਾਂ ਦੀ ਟ੍ਰੇਡ ਵਧਾਈ ਜਾਏ। ਔਰ ਇਸ ਦੇ ਨਾਲ ਹੀ ਜਿਹੜੀ ਗੱਲ ਅਮਰੀਕਾ ਦੇ ਬਣ ਕੇ ਹੱਥ ਠੋਕੇ ਚੀਨ ਦੇ ਨਾਲ ਭਾਰਤ ਨੇ ਜਿਸ ਕਿਸਮ ਦਾ ਵਰਤਾਰਾ ਕੀਤਾ ਹੋਇਆ, ਹੁਣ ਇਹ ਤਾਂ ਇਸ ਦੌਰੇ ਨਾਲ ਸੰਬੰਧਿਤ ਮੈਂ ਜਸਟ ਰੈਫਰੈਂਸ ਕੀਤੀ ਹੈ, ਲੇਕਿਨ ਜਦੋਂ ਜਿਹੜਾ ਮੇਰਾ ਓਬਜੈਕਟਿਵ ਸੀ ਇਸ ਡਿਸਕਸ਼ਨ ਨੂੰ ਲਿਆਉਣ ਦਾ, ਅਸੀਂ ਪਿਛਲੇ ਕੱਲ੍ਹ ਹੀ ਡਿਸਕਸ ਕੀਤਾ ਸੀ ਕਿ ਕਿਵੇਂ ਜਿਹੜੀ ਭਾਰਤ ਦੀ ਕੰਟਰੋਲਰ ਅਕਾਊਂਟੇਬਿਲਟੀ ਐਂਡ ਅਕਾਊਂਟੇਬਿਲਟੀ ਵਾਲਿਆਂ ਦੀ ਰਿਪੋਰਟ ਹੈ, ਕੈਗ ਰਿਪੋਰਟ, ਉਹਨਾਂ ਨੇ ਕਿਵੇਂ ਕਿਹਾ ਕਿ ਭਾਰਤ ਦੇ ਕੋਲ ਜਿਹੜੀ ਹੈ ਸਿਰਫ 10 ਦਿਨ ਦੀ ਲੜਾਈ ਦਾ ਅਸਲ ਹੈ, ਐਮੂਨੀਸ਼ਨ ਹੈ, 10 ਦਿਨ ਤੋਂ ਜ਼ਿਆਦਾ ਨਹੀਂ। ਔਰ ਹੁਣ ਅਸੀਂ ਉਸ ਹਵਾਲੇ ਨਾਲ ਕਿ ਵੀ ਇੱਕ ਪਾਸੇ ਭਾਰਤ ਚੀਨ ਦੇ ਨਾਲ ਮੱਥਾ ਲਾਉਂਦਾ ਹੈ ਅਮਰੀਕਾ ਦੇ ਕਹਿਣ 'ਤੇ ਇੰਡੀਅਨ ਓਸ਼ਨ 'ਚ, ਔਰ ਪਰੇ ਜਾ ਕੇ ਸਾਊਥ ਚਾਈਨਾ ਸੀ 'ਚ ਵੀ ਆਸਟ੍ਰੇਲੀਆ, ਵੀਤਨਾਮ, ਫਿਲੀਪੀਨਸ, ਔਰ ਇਹਨਾਂ ਸਾਰਿਆਂ ਦੇ ਨਾਲ ਮਲੇਸ਼ੀਆ, ਸਿੰਗਾਪੁਰ, ਇਹਨਾਂ ਸਾਰਿਆਂ ਦੇ ਨਾਲ ਰਲ ਕੇ ਚੀਨ ਨੂੰ ਘੇਰਨਾ ਚਾਹੁੰਦਾ ਅਤੇ ਆਪਣੀ ਹਾਲਤ ਇਹ ਹੈ ਕਿ 10 ਦਿਨ ਦਾ ਅਸਲ ਹੈ। ਪਰ ਜਿਹੜੀ ਖਬਰ ਮੇਜਰ ਅਮਰੀਕਾ ਦੀ ਇੱਕ ਜਿਹੜੀ ਡਿਫੈਂਸ ਇੰਸਟੀਚਿਊਟ ਹੈ, ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਡਿਫੈਂਸ, ਉਹਨਾਂ ਨੇ ਕਾਂਗਰਸ ਨੂੰ ਉਹ ਰਿਪੋਰਟ ਦਿੰਦੇ ਨੇ ਹਰ ਦੇਸ਼ ਦੇ ਹਵਾਲੇ ਨਾਲ, ਚਾਈਨਾ ਦੇ ਹਵਾਲੇ ਨਾਲ ਉਹਨਾਂ ਨੇ ਰਿਪੋਰਟ ਦਿੱਤੀ ਹੈ। ਔਰ ਉਸ ਰਿਪੋਰਟ ਦਾ ਜਿਹੜਾ ਬੇਸਿਕ ਆਧਾਰ ਹੀ ਚਾਈਨਾ ਹੈ, ਔਰ ਉਸ ਰਿਪੋਰਟ ਦਾ ਨਾਂ ਹੈ ਮਿਲਟਰੀ ਐਂਡ ਸਿਕਿਉਰਿਟੀ ਡਿਵੈਲਪਮੈਂਟਸ ਇਨਵੋਲਵਿੰਗ ਦਾ ਪੀਪਲਸ ਰਿਪਬਲਿਕ ਆਫ ਚਾਈਨਾ 2015, ਇਹ ਉਹਨਾਂ ਦੀ ਰਿਪੋਰਟ ਹੈ। ਹੁਣ ਭਾਰਤ ਦਾ ਹਾਲ ਇਹ ਹੈ ਵੀ ਇਹਨਾਂ ਕੋਲ 10 ਦਿਨ ਦਾ ਹਾਸਲ ਹੈ, ਹੁਣ ਤੁਸੀਂ ਚੀਨ ਦੀ ਪਹੁੰਚ ਦੇਖੋ ਕਿ ਚੀਨ ਕਿੱਥੋਂ ਤੱਕ ਪਹੁੰਚਿਆ, ਔਰ ਇਹ ਰਿਪੋਰਟ 2-3 ਦਿਨ ਪਹਿਲਾਂ ਹੀ ਇਸ ਅਮਰੀਕਨ ਡਿਫੈਂਸ ਡਿਪਾਰਟਮੈਂਟ ਨੇ ਕਾਂਗਰਸ ਦੇ ਹਵਾਲੇ ਕੀਤੀ ਹੈ। ਔਰ ਮੈਂ ਕਿਉਂਕਿ ਇਹ ਉਹਨਾਂ ਦੀ ਆਪਣੀ ਅਖਬਾਰ ਦੀ ਖਬਰ ਹੀ ਹੈ ਟ੍ਰਿਬਿਊਨ ਦੀ, ਸੋ ਮੈਂ ਇਹਨੂੰ ਐਸ ਸੱਚ ਹੀ ਪੜ੍ਹਾਂਗਾ। ਇਨ ਵਟ ਵੁੱਡ ਰਿੰਗ ਅਲਾਰਮ ਬੈਲਸ ਫੋਰ ਦਾ ਇੰਡੀਅਨ ਸਿਕਿਉਰਟੀ ਐਸਟੈਬਲਿਸ਼ਮੈਂਟ, ਰਿਪੋਰਟ ਆਫ ਦਾ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਡਿਫੈਂਸ ਹੈਜ਼ ਵਾਰਨਡ ਅਬਾਊਟ ਚਾਈਨਾ ਡਿਸਟਰਕਟਿਵ ਸਪੇਸ ਪ੍ਰੋਗਰਾਮ ਆਫ ਸਟਾਲਿੰਗ ਔਰ ਡਿਸਟਰੋਇੰਗ ਸੈਟੇਲਾਈਟਸ ਆਫ ਅਦਰ ਕੰਟਰੀਜ਼ ਐਂਡ ਹਾਊ ਇਟਸ ਨਿਊਕਲੀਅਰ ਪਾਵਰਡ ਸਬਮਰੀਨਸ ਨਾਉ ਮੇਕ ਫੋਰੇਜ਼ ਇਨ ਟੂ ਦਾ ਇੰਡੀਅਨ ਓਸ਼ਨ, ਕਿ ਵੀ ਚਾਈਨਾ ਨੇ ਜਿਹੜੀਆਂ ਇਹ ਸੈਟੇਲਾਈਟ ਜਿੱਥੇ ਤੱਕ ਹੈਗੀਆਂ ਨੇ ਲਗਭਗ 30,000 ਕਿਲੋਮੀਟਰ ਅਪ, ਉੱਥੋਂ ਤੱਕ ਕੋਈ ਡੇਂਜਰਸ ਓਬਜੈਕਟ ਭੇਜਿਆ, ਇਹਨਾਂ ਦੇ ਕਹਿਣ ਮਿਸਟੀਰੀਅਸ, ਇਹਨਾਂ ਨੇ ਕਿਹਾ ਕਿ ਕੋਈ ਬੜਾ ਅਜੀਬੋ ਗਰੀਬ, ਉਹ ਉੱਥੋਂ ਜਾ ਕੇ ਥੋੜ੍ਹੀ ਦੇਰ ਗੁਜ਼ਰ ਕੇ ਫਿਰ ਵਾਪਸ ਜਿਹੜਾ ਹੈ ਉਹ ਅਰਥ ਦੇ ਔਰਬਿਟ 'ਚ ਆਇਆ। ਸੋ ਅਮਰੀਕਾ ਦਾ ਇਹ ਕਹਿਣਾ ਹੈ ਵੀ ਚਾਈਨਾ ਦੇ ਕੋਲ ਉਹ ਟੈਕਨੋਲੋਜੀ ਆ ਗਈ ਹੈ ਜਿੱਥੇ ਉਹ ਸਪੇਸ ਦੇ ਵਿੱਚ ਜਿਹੜੀਆਂ ਸੈਟੇਲਾਈਟਸ ਆਲਰੇਡੀ ਨੇ ਜਿਹੜਾ ਡਾਟਾ ਕਲੈਕਟ ਕਰਦੀਆਂ, ਜਿੰਨੇ ਅਸੀਂ ਟੈਲੀਵਿਜ਼ਨ 'ਤੇ ਪ੍ਰੋਗਰਾਮ ਦੇਖਦੇ ਹਾਂ ਸੈਟੇਲਾਈਟ ਚੈਨਲ ਉੱਥੋਂ ਆਉਂਦੇ ਨੇ, ਟੈਲੀਫੋਨ ਸਮੁੰਦਰਾਂ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਮੂਵਮੈਂਟ, ਐਮਰਜੈਂਸੀ ਮੈਡੀਸਨ, ਈਵਨ ਟੈਲੀਮੈਡੀਸਨ, ਦੂਜੇ ਤੀਜੇ ਸਭ ਸੈਟੇਲਾਈਟ ਕੰਟਰੋਲ ਹੈ ਸਾਡਾ, ਜਿਹੜਾ ਕੀ ਕਹਿੰਦੇ ਨੇ GPS, ਹਾਂ ਇਹ ਵੀ ਸੈਟੇਲਾਈਟ ਰਾਹੀਂ ਹੈ। ਸੋ ਚਾਈਨਾ ਉਹ ਇਹ ਕਹਿੰਦੇ ਨੇ, ਹੁਣ ਇਹ ਇੱਕ ਪਾਸੇ ਤਾਂ ਸੈਟੇਲਾਈਟਸ ਨੇ, ਇੱਕ ਟੈਕਨੋਲੋਜੀ ਉਹ ਹੋਏਗੀ ਜਿਹੜੀ ਜਾ ਕੇ ਉਹਨੂੰ ਜੈਮ ਕਰ ਦੇ, ਜੇ ਹੁਣ ਉਹਦੇ ਪ੍ਰੈਪਰ ਕੋਈ ਐਸੀ ਓਬਜੈਕਟ ਆ ਗਿਆ ਉਹ ਜੈਮ ਕਰ ਦੇ, ਤੁਹਾਡੇ ਕੋਲ ਡਾਟਾ ਹੀ ਨਹੀਂ ਆ ਰਿਹਾ ਥੱਲੇ। ਸੋ ਅਮਰੀਕਨਾਂ ਦਾ ਖਿਆਲ ਹੈ ਵੀ ਚਾਈਨਾ ਨੇ ਇਸ ਲੈਵਲ ਦੀ ਜਿਹੜੀ ਹੈ ਟੈਕਨੋਲੋਜੀ ਉਹ ਡਿਵੈਲਪ ਕੀਤੀ ਹੈ। ਔਰ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਮਿਸਟਰੀ ਓਬਜੈਕਟ ਦੈਟ ਬੀਜਿੰਗ ਹੈਡ ਲਾਂਚਡ ਇਨ ਸਪੇਸ ਔਨ ਏ ਬੈਲਿਸਟਿਕ ਟ੍ਰੈਜੈਕਟਰੀ ਵਿਦ ਏ ਪੀਕ ਅਲਟੀਚੂਡ ਅਬਵ 30,000 ਕਿਲੋਮੀਟਰ, 30,000 ਕਿਲੋਮੀਟਰ ਦੇ ਉੱਤੇ ਉਹਨਾਂ ਨੇ ਬੈਲਿਸਟਿਕ ਟ੍ਰੈਜੈਕਟਰੀ ਜਿਹਦੇ ਨਾਲ ਸ਼ੂਟ ਹੁੰਦਾ ਉਹ ਸੁੱਟਿਆ। ਦਿਸ ਟ੍ਰੈਜੈਕਟਰੀ ਟੁੱਕ ਇਟ ਨੀਅਰ ਜੀਓ ਸਿਨਕ੍ਰੋਨਸ ਆਰਬਿਟ ਵੇਅਰ ਮੈਨੀ ਨੇਸ਼ਨਸ ਮੇਨਟੇਨ ਕਮਿਊਨੀਕੇਸ਼ਨ ਐਂਡ ਅਰਥ ਸੈਂਸਿੰਗ ਸੈਟੇਲਾਈਟਸ। ਦ ਓਬਜੈਕਟ ਰੀ ਐਂਟਰਡ ਅਰਥ ਆਰਬਿਟ 9.5 hours ਆਫਟਰ ਲਾਂਚ, ਦ US ਰਿਪੋਰਟ ਫੇਲ ਟੂ ਆਈਡੈਂਟੀਫਾਈ ਇਟ ਐਂਡ ਸਟੇਟਡ, ਮੈਂ ਐਕਸਪਲੇਨ ਕੀਤਾ ਕਿ ਉਹ ਭੇਜੀ ਔਰ ਵਾਪਸ ਆ ਗਈ ਜਿਹੜੀ ਹੈ 9.5 ਘੰਟੇ ਬਾਅਦ। ਔਰ ਅਮਰੀਕਾ ਨੇ ਕਿਹਾ ਵੀ ਅਸੀਂ ਇਹ ਪਛਾਣ ਨਹੀਂ ਸਕੇ ਵੀ ਇਹ ਕੀ ਹੈ, ਦਾ ਲਾਂਚ
profile was not consistent with traditional space launch vehicles, ballistic missiles or sounding rocket launches used for scientific research. ਉਹਨਾਂ ਕਿਹਾ ਜਿਹੜਾ ਆਬਜੈਕਟ ਚਾਈਨਾ ਨੇ ਭੇਜਿਆ ਨਾ ਤਾਂ ਇਹ ਜਿਹੜੀਆਂ ਰਵਾਇਤੀ ਸਪੇਸ ਲਾਂਚ ਵਹੀਕਲਸ ਨੇ ਜਾਂ ਬੈਲਿਸਟਿਕ ਮਿਸਲਸ ਨੇ ਜਾਂ ਜਿਹੜੇ ਨੇ ਸਾਊਂਡਿੰਗ ਰਾਕਟ ਨੇ ਰਾਕਟ ਲਾਂਚਰਸ ਉਹਦੇ ਮੁਤਾਬਕ ਵੀ ਨਹੀਂ ਹੈ. ਇਟ ਕੁਡ ਹਾਵਰ ਹੈਵ ਬੀਨ ਏ ਟੈਸਟ ਆਫ ਟੈਕਨੋਲੋਜੀਜ਼ ਵਿਦ ਕਾਊਂਟਰ ਸਪੇਸ ਮਿਸ਼ਨ. ਉਹਨਾਂ ਨੇ ਕਿਹਾ ਵੀ ਇਹ ਚਾਈਨਾ ਜਿਹੜਾ ਸਪੇਸ ਮਿਸ਼ਨ ਹੈ ਉਹਦੇ ਕਾਊਂਟਰ ਸਪੇਸ ਕੋਈ ਉਹ ਟੈਕਨੋਲੋਜੀ ਡਿਵੈਲਪ ਕਰ ਰਿਹਾ. ਚਾਈਨਾ ਕੰਟੀਨਿਊਸ ਟੂ ਡਿਵੈਲਪ ਏ ਵਰਾਇਟੀ ਆਫ ਕੈਪੇਬਿਲਿਟੀਜ਼ ਡਿਜ਼ਾਈਨ ਟੂ ਲਿਮਿਟ ਔਰ ਪ੍ਰੀਵੈਂਟ ਦ ਯੂਜ਼ ਆਫ ਸਪੇਸ ਬੇਸਡ ਅਸੈਟਸ ਬਾਈ ਐਡਵਰਸਰੀਜ਼ ਇਨਕਲੂਡਿੰਗ ਦ ਡਿਵੈਲਪਮੈਂਟ ਆਫ ਡਾਇਰੈਕਟਿਡ ਐਨਰਜੀ ਵੈਪਨਸ ਐਂਡ ਸੈਟੇਲਾਈਟ ਜੈਮਰਸ. ਜਿਹੜਾ ਮੈਂ ਅੱਗੇ ਕਿਹਾ ਕਿ ਚਾਈਨਾ ਉਹ ਡਿਵੈਲਪ ਕਰ ਰਿਹਾ ਵੀ ਸੈਟੇਲਾਈਟ ਜੈਮ ਕਰ ਦੇਣ ਜਾਂ ਐਨਰਜੀ ਵੈਪਨ ਜਿਹੜੇ ਨਿਊਕਲੀਅਰ ਵੈਪਨਸ ਨੇ ਉਹਨਾਂ ਨੂੰ ਡਾਇਰੈਕਟ ਕਰਨ ਦਾ ਜਿਹੜਾ ਸਟੱਫ ਹੈ ਉਹਨੂੰ ਉਹ ਜਾਮ ਕਰ ਦੇਣ. ਦਾ ਯੂ ਐਸ ਰਿਪੋਰਟ ਵਾਂਟ The U.S. expressed concern China's continued development of destructive space technologies represented a threat to all peaceful nations. ਹੁਣ ਇਹ ਅਮਰੀਕਾ ਕਹਿ ਰਿਹਾ ਕਿ ਜਿਹੜੀ ਚਾਈਨਾ ਦੀ ਟੈਕਨੋਲੋਜੀ ਸਪੇਸ 'ਚ ਆ ਗਈ ਹੈ ਜੈਮਰ ਜਾਂ ਦੂਜੇ ਇਹ ਬਹੁਤ ਖਤਰਨਾਕ ਹੈ ਸ਼ਾਂਤਮਈ ਦੇਸ਼ਾਂ ਦੇ ਲਈ ਵੀ. Presently, India has 27 satellites in space. ਭਾਰਤ ਦੀਆਂ 27 satellites ਨੇ ਸਪੇਸ. As many as 11 are dealing with communication for a direct home TV relay. 11 ਜਿਹੜੀਆਂ ਸੈਟੇਲਾਈਟਸ ਨੇ ਟੀ ਵੀ ਰਿਲੇ ਦੇ ਉੱਤੇ ਨੇ. ਟੈਲੀਫੋਨੀ ਐਂਡ ਵਾਈਡਰ ਪਬਲਿਕ ਐਪਲੀਕੇਸ਼ਨ ਲਾਈਕ ਟੈਲੀ ਐਜੂਕੇਸ਼ਨ, ਟੈਲੀ ਮੈਡੀਸਨ ਐਂਡ ਡਿਜ਼ਾਸਟਰ ਮੈਨੇਜਮੈਂਟ. ਇਸ ਦੇ ਵਿੱਚ ਬਾਕੀ ਸੈਟੇਲਾਈਟ ਦੀਜ਼ ਆਲਸੋ ਇਨਕਲੂਡ ਇੰਡੀਜਨਸ ਮਿਲਟਰੀ ਯੂਜ ਸੈਟੇਲਾਈਟ ਨੇਮਡ ਜੀ ਸੈਟ 7 ਵਿਦ ਐਡਵਾਂਸਡ ਮਲਟੀ ਬੈਂਡ ਕਮਿਊਨੀਕੇਸ਼ਨ ਫੈਸਿਲਿਟੀ ਐਂਡ ਵਿਲ ਕੀਪ ਐਨ ਆਈ ਓਵਰ 70% ਆਫ ਇੰਡੀਅਨ ਓਸ਼ਨ. ਇਹਨਾਂ 'ਚੋਂ ਡਿਫੈਂਸ ਰਿਲੇਟਡ ਸੈਟੇਲਾਈਟਸ ਵੀ ਨੇ. 70% ਜਿਹੜੀ ਭਾਰਤੀ ਸਮੁੰਦਰ ਹੈ ਉਸ ਦੇ ਉੱਤੇ ਅੱਖ ਰੱਖਦੇ ਨੇ. The US report talked about how China for the first time had deployed submarines to the Indian Ocean, including a nuclear-powered attack submarine. Hun pehla gal pulaad di kiti ki akash ch Chin kitho tak hun oh samundar te aa gaye ne. Ji China ne Indian Ocean de vich puri ik pandubi submarine kehnde ne jehdi less hai nuclear hathiyaran de naal jinu SSN kehnde ne oh unna ne liya ke kar ditte. The submarines were probably conducting area familiarization and demonstrating an emerging capabilities both to protect China's sea lines of communication and increase China's power projection into the Indian Ocean. ਉਹਨਾਂ ਕਿਹਾ ਵੀ ਉਹਨਾਂ ਸਬਮੈਰੀਨਸ ਇਸ ਲਈ ਲੈ ਆਉਂਦੀਆਂ ਕਿ ਉਹ ਇੰਡੀਆ ਨੂੰ ਵੀ ਦੱਸ ਰਹੇ ਨੇ ਵੀ ਅਸੀਂ ਇਕੱਲਾ ਸਾਊਥ ਚਾਈਨਾ ਸੀ ਨਹੀਂ ਵਾਚ ਕਰਾਂਗੇ, ਅਸੀਂ ਇੰਡੀਅਨ ਓਸ਼ਨ 'ਚ ਵੀ ਜਿਹੜਾ ਤੁਹਾਡੀ ਖਬਰ ਲਵਾਂਗੇ. ਇੰਡੀਆ ਅਸਿਊਮਸ ਏ ਲੀਡ ਰੋਲ ਇਨ ਦਾ ਇੰਡੀਅਨ ਓਸ਼ਨ ਐਂਡ ਚਾਈਨਾਜ਼ ਫੋਰੇਜ਼ ਏ ਚੈਲੰਜ. ਹੁਣ ਇੰਡੀਆ ਕਹਿੰਦਾ ਵੀ ਇੰਡੀਅਨ ਓਸ਼ਨ ਹੀ ਨਾ ਇਸ ਲਈ ਹੈ ਕਿ ਜੀ ਹਾਲ ਅਰਬ ਉਹਨੂੰ ਅਰੇਬਿਕ ਸੀ ਕਹਿੰਦੇ ਨੇ, ਅਰੇਬੀਅਨ ਸੀ ਕਹਿੰਦੇ ਨੇ, ਉਹ ਕਹਿੰਦੇ ਨੇ ਪਰ ਚਾਈਨਾ ਉੱਥੇ ਆ ਕੇ ਬੈਠ ਗਿਆ ਔਰ ਚਾਈਨਾ ਇੰਡੀਅਨ ਓਸ਼ਨ 'ਚ ਆ ਕੇ ਉਹਨਾਂ ਨੂੰ ਚੈਲੰਜ ਕਰ ਰਿਹਾ. ਨਿਊ ਡੈਲੀ ਹੈਜ਼ ਏ ਟੋਟਲ ਆਫ ਓਨਲੀ 14 ਸਬਮੈਰੀਨਸ ਇਨਕਲੂਡਿੰਗ ਦਾ 1 ਨਿਊਕਲੀਅਰ ਪਾਵਰਡ ਚੱਕਰਾ ਲੀਜ਼ਡ ਫਰੋਮ ਰਸ਼ੀਆ. ਕਿ ਭਾਰਤ ਦੇ ਕੋਲ ਕੁੱਲ 14 ਪਣਡੁੱਬੀਆਂ ਨੇ, ਉਹਨਾਂ 'ਚੋਂ ਵੀ ਇੱਕ ਜਿਹੜੀ ਹੈ ਉਹ ਰੂਸ ਤੋਂ ਉਧਾਰੀ ਲਈ ਹੋਈ ਹੈ. ਇਟ ਡਜ਼ਨਟ ਕੈਰੀ ਐਨੀ ਨਿਊਕਲੀਅਰ ਵਾਰਹੈਡ, ਉੱਥੇ ਨਿਊਕਲੀਅਰ ਵਾਰਹੈਡ ਵੀ ਨਹੀਂ ਨੇ. The report said China has 69 sub ਜਿਹੜੀਆਂ ਚਾਈਨਾ ਦੇ ਕੋਲ ਸਬਮੈਰੀਨ ਨੇ 69 ਨੇ, 69 ਆਪਣੀਆਂ ਨੇ, ਉਧਾਰੀ ਨਹੀਂ ਲਈ ਹੋਈ ਰਸ਼ੀਆ ਦੀ. ਇਹਨਾਂ ਦੇ ਕੋਲ ਕੁੱਲ 40 ਨੇ. ਚਾਈਨਾ ਕੰਟੀਨਿਊਸ ਟੂ ਪ੍ਰੋਡਿਊਸ ਦਾ JNNSSBN ਟਾਈਪ 094 ਵਿਦ ਐਸੋਸੀਏਟਡ JL2 ਸਬਮੈਰੀਨਸ ਲਾਂਚਡ ਬੈਲਿਸਟਿਕ ਮਿਸਲਸ ਵਿਦ ਏ ਰੇਂਜ ਆਫ 7,400 ਕਿਲੋਮੀਟਰ. ਚਾਈਨਾ ਵਿਲ ਲਾਈਕਲੀ ਕੰਡਕਟ ਇਟਸ ਫਸਟ ਨਿਊਕਲੀਅਰ ਡੈਟਰੈਂਸ ਐਂਡ ਪੈਟਰੋਲ ਸਮ ਟਾਈਮਸ ਇਨ 2015 ਇਟ ਸੈਡ. ਉਹਨਾਂ ਨੇ ਕਿਹਾ ਜੀ ਚਾਈਨਾ ਕੋਲ ਇੰਨੀਆਂ ਨੇ, 69 ਨੇ, ਔਰ ਉਹ ਨਵੀਆਂ ਵੀ ਨਾਲ ਦੀ ਨਾਲ ਬਣਾ ਰਹੇ. ਔਰ ਇਸੇ ਸਾਲ ਦੇ ਵਿੱਚ ਵਿੱਚ ਉਹਨਾਂ ਨੇ ਆਲਰੇਡੀ ਜਿਹੜੀਆਂ ਬੈਲਿਸਟਿਕ ਮਿਸਲਸ ਉਹਦੇ 'ਤੇ ਸੈੱਟ ਹੁੰਦੀਆਂ ਨੇ 7,400 ਕਿਲੋਮੀਟਰ, ਉਹ ਵੀ ਉਹਨਾਂ ਕੋਲ ਕੈਪੇਬਿਲਿਟੀ ਹੈ. ਔਰ ਇਸ ਸਾਲ 'ਚ ਉਹਨਾਂ ਨੇ 2015 ਦੇ ਵਿੱਚ ਜਿਹੜਾ ਉਹ ਨਿਊਕਲੀਅਰ ਡੈਟਰੈਂਸ ਪੈਟਰੋਲ ਵੀ ਲਾਂਚ ਕਰਨਾ. ਹੁਣ ਇਹ ਤੁਸੀਂ ਮੁਕਾਬਲਾ ਕਰ ਲਓ ਵੀ ਪੁਲਾੜ ਦੇ ਵਿੱਚ, ਸਪੇਸ 'ਚ ਅਤੇ ਸਮੁੰਦਰ 'ਚ ਚਾਈਨਾ ਕੀ ਹੈ ਅਤੇ ਇਹ ਕੀ ਹੈ. ਅਤੇ ਹੁਣ ਇਹਦੇ 'ਤੇ ਦੋ ਐਕਸਪ੍ਰੈਸ਼ਨ ਸੀ ਮੈਨੂੰ ਯਾਦ ਆ ਰਹੇ ਨੇ. ਇੱਕ ਤਾਂ ਇਹ ਹੈ ਕਿ ਵੀ ਜਿਹੜੀ ਹੈ ਨਸਲ ਦੀ ਕੋੜ ਕਿਰਲੀ ਅਤੇ ਸ਼ਤੀਰਾਂ ਨੂੰ ਜੱਫੇ. ਹੁਣ ਕੋੜ ਕਿਰਲੀ ਨੇ ਐਂ ਕੀਤਾ ਹੋਣਾ ਵੀ ਜਿਵੇਂ ਮੈਂ ਹੀ ਜੱਫਾ ਪਾ ਕੇ ਸ਼ਤੀਰੀ ਨੂੰ ਥੱਲੇ ਸੁੱਟ ਲੈਣਾ. ਅਤੇ ਇੱਕ ਵੈਸੇ ਜਿਹੜਾ ਮੈਨੂੰ ਜ਼ਿਆਦਾ ਪਸੰਦ ਹੁੰਦਾ ਵਾ ਵੀ ਕਿਆ ਪਿੱਦੀ ਕਾ ਸ਼ੋਰਬਾ. ਹੁਣ ਪਿੱਦੀ ਦਾ ਸ਼ੋਰਬਾ ਕੀ ਬਣਾਓਗੇ ਵੀ ਹੁਣ ਇਹ ਭਾਰਤ ਜਿਹੜਾ ਹੈ ਕੀ ਪਿੱਦੀ ਹੈ, 10 ਦਿਨ ਦਾ ਅਸਲ ਹੈ
ਚੈਲੰਜ ਚਾਈਨਾ ਨੂੰ ਕੀਤਾ ਹੋਇਆ ਅਤੇ ਚਾਈਨਾ ਦਾ ਸਪੇਸ 'ਚ ਹਾਲ ਕੀ ਹੈ ਕਿ ਅਮਰੀਕਾ ਘਬਰਾ ਗਿਆ ਕਿ ਬਈ ਇਹਨਾਂ ਕੋਲ ਜਿਹੜੀ ਹੈ ਕਾਊਂਟਰ ਸਪੇਸ ਟੈਕਨੋਲੋਜੀ ਹੈ ਔਰ ਉਹਨਾਂ ਨੇ ਇੰਡੀਅਨ ਓਸ਼ਨ 'ਚ ਜਾ ਕੇ ਸਬਮੈਰੀਨ ਨਿਊਕਲੀਅਰ ਲੈਸ ਖੜੀਆਂ ਕਰ ਦਿੱਤੀਆਂ ਕਿ ਆਓ ਭਾਈ ਜੇ ਹੁਣ ਤੁਹਾਡੇ 'ਚ ਹਿੰਮਤ ਹੈ ਤਾਂ ਕਰੋ। ਸੋ ਦੂਸਰੀ ਖਬਰ ਜਿਹੜੀ ਇਨ ਬਰੀਫ, ਜਦੋਂ ਅਸੀਂ ਭਾਰਤ ਦੀ ਵਰਣ ਆਸ਼ਰਮ ਜਾਤ ਪਾਤੀ ਸੁਸਾਇਟੀ ਦੀ ਗੱਲ ਕਰਦੇ ਤੇ ਕਈ ਵਾਰ ਕਈ ਕਹਿਣਗੇ ਜੀ ਇਹ ਤੁਸੀਂ ਪੁਰਾਣੀਆਂ ਗੱਲਾਂ ਕਰਦੇ ਹੋ, ਹੁਣ ਤਾਂ ਦੇਖੋ ਭਾਰਤੀ ਸੰਵਿਧਾਨ, ਬਰਾਬਰੀ, ਉਹਨਾਂ ਨੂੰ ਸਪੈਸ਼ਲ ਅਧਿਕਾਰ ਕਿਸ ਲੈਵਲ ਦੀ ਗੱਲ ਹੈ। ਪਰ ਜਦੋਂ ਕੋਈ ਖਬਰ ਸਾਹਮਣੇ ਆ ਜਾਂਦੀ ਹੈ ਫਿਰ ਪਤਾ ਲੱਗ ਜਾਂਦਾ ਕਿ ਵੀ ਇਹ ਅਧਿਕਾਰਾਂ ਅਧਿਕੂਰਾਂ ਵਾਲੀ ਗੱਲ ਉਹ ਕਾਨੂੰਨ ਦੀਆਂ ਕਿਤਾਬਾਂ 'ਚ ਹੈ, ਹਾਲਾਂਕਿ ਕਿੰਨੇ ਕੇਸ, ਕਿੰਨੇ ਝੂਠੇ, ਕੀ ਉਹਨਾਂ ਦੇ ਨਾਲ ਸਲੂਕ ਹੁੰਦਾ। ਹੁਣ ਮੱਧ ਪ੍ਰਦੇਸ਼ ਜਿਹੜੀ ਸਟੇਟ ਹੈ ਬੀਜੇਪੀ ਰੂਲਡ ਹੈ ਔਰ ਜਦੋਂ ਦਾ ਇਹ ਮੋਦੀ ਪਾਵਰ 'ਚ ਆਇਆ ਇਹ ਜਿਹੜੇ ਵਰਣ ਆਸ਼ਰਮ ਵਾਲੇ ਜਾਤ ਪਾਤੀ ਸਿਸਟਮ 'ਚ ਯਕੀਨ ਰੱਖਣ ਵਾਲੇ ਲੋਕ ਨੇ ਇਹਨਾਂ ਦੇ ਹੌਂਸਲੇ ਹੋਰ ਵੀ ਬੁਲੰਦ ਨੇ। ਔਰ ਇਹ ਖਬਰ ਰਤਲਮ ਜਿਹੜੀ ਡੇਟਲਾਈਨ ਉੱਥੋਂ ਹੈ ਮੱਧ ਪ੍ਰਦੇਸ਼ 'ਚੋਂ, ਔਰ ਇਸ ਖਬਰ ਦਾ ਲਬੇ ਲਬਾਵ ਇਹ ਹੈ ਕਿ ਉੱਥੋਂ ਦਾ ਇੱਕ ਜਿਹੜਾ ਪਿੰਡ ਹੈ ਉਸ ਦੇ ਵਿੱਚ ਇੱਕ ਦਲਿਤ ਪਰਿਵਾਰ ਦਾ ਮੁੰਡਾ ਜਿਹੜਾ ਕਿ ਵਿਆਹਣ ਦੇ ਲਈ ਚੱਲਿਆ ਸੀ ਬਰਾਤੀ ਲੈ ਕੇ, ਉਹ ਘੋੜੀ 'ਤੇ ਘੋੜੀ ਮੰਗਵਾਈ ਸੀ ਉੱਥੋਂ ਦੀ ਲੰਘਣਾ ਸੀ ਉਸ ਪਿੰਡ 'ਚੋਂ ਹੀ, ਮਤਲਬ ਜਦੋਂ ਤੁਸੀਂ ਜਾਂਦੇ ਹੋ ਕਿਤੇ ਵੀ ਅਤੇ ਜਿਹੜੀ ਉੱਥੋਂ ਦੇ ਉੱਚੀ ਜਾਤ ਵਾਲੇ ਲੋਕ ਨੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਤਾਂ ਇਹ ਸਾਡੇ ਇੱਥੋਂ ਕੋਈ ਦਲਿਤ ਜਿਹੜਾ ਘੋੜੀ 'ਤੇ ਚੜ੍ਹ ਨਹੀਂ ਸਕਦਾ, ਔਰ ਉਹਨਾਂ ਨੇ ਜਿਹੜੀ ਘੋੜੀ ਅਰੇਂਜ ਕੀਤੀ ਸੀ ਉਹ ਵੀ ਖੋਹ ਕੇ ਲੈ ਗਿਆ। ਜਿਹੜਾ ਮੁੰਡੇ ਦਾ ਪਿਓ ਸੀ ਉਹ ਪੁਲਿਸ ਥਾਣੇ ਗਿਆ, ਰਿਪੋਰਟ ਕੀਤੀ, ਐਸਟੀਐਮ, ਪੁਲਿਸ ਫੋਰਸ ਦੂਜੀ ਤੀਜੀ ਆਈ, ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਨਹੀਂ ਹੋ ਸਕਦਾ ਇੱਦਾਂ। ਸੋ ਖੈਰ ਉਹ ਜਦੋਂ ਆ ਕੇ ਇਕੱਠੇ ਹੋਏ ਔਰ ਬਰਾਤੀ ਔਰ ਦੂਲਾ ਔਰ ਜਿਹੜੀ ਭੀੜ ਹੈ ਉਹਨਾਂ ਨੇ ਜਿਹੜੀ ਉੱਚੀ ਜਾਤ ਵਾਲਿਆਂ ਦੀ ਸੀ ਉਹਨਾਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਜੀ। ਔਰ ਫਿਰ ਪੁਲਿਸ ਨੇ ਉਹਨਾਂ ਨੂੰ ਕਿਹਾ ਕਿ ਜੀ ਇਹ ਮੁੰਡੇ ਦਾ ਵੀ ਕਿਤੇ ਸਿਰ ਨਾ ਭੱਜ ਜਾਏ ਅਤੇ ਇਹਨੂੰ ਹੁਣ ਤੁਸੀਂ ਸਿਹਰੇ ਦਾ ਫਿਕਰ ਨਾ ਕਰੋ, ਇਹਦੇ ਹੈਲਮੇਟ ਪਾਓ ਇਹਦੇ। ਔਰ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਕਿ ਕਿਵੇਂ ਉਹ ਹੈਲਮੇਟ ਪਾ ਕੇ ਜਿਹੜਾ ਉਹ ਉੱਥੋਂ ਦੀ ਪੁਲਿਸ ਪ੍ਰੋਟੈਕਸ਼ਨ ਥੱਲੇ ਗਿਆ ਹੈ ਜੀ। ਔਰ ਇਹਦੇ ਬਾਵਜੂਦ ਕਿ ਜਿਹੜੇ ਪਥਰਾਵ ਸੀ ਉਹਦੇ 'ਚ ਪੰਜ ਬੰਦੇ ਬੜੀ ਬੁਰੀ ਤਰ੍ਹਾਂ ਜ਼ਖਮੀ ਹੋਏ, ਇਹ ਤਾਂ ਹੁਣ ਵਿਆਹ ਕੇ ਤਾਂ ਆ ਜਾਏਗਾ। ਹੁਣ ਉਸ ਤੋਂ ਬਾਅਦ ਹੁਣ ਤਾਂ ਪੁਲਿਸ ਪ੍ਰੋਟੈਕਸ਼ਨ ਦੇ ਥੱਲੇ ਇੰਨਾ ਕੁ ਹੋ ਗਿਆ, ਉਸ ਤੋਂ ਬਾਅਦ ਕੀ ਹੋਏਗਾ ਉਹਨਾਂ ਟੱਬਰਾਂ ਦੇ ਨਾਲ ਜਾਂ ਉਹਨਾਂ ਦੇ ਬਾਕੀ ਉਹ ਸਾਰੇ ਪਰਿਵਾਰਾਂ ਦੇ ਨਾਲ, ਇਹਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ ਕਿਉਂਕਿ ਇਹ ਆਮ ਹਰਿਆਣੇ 'ਚ ਵੀ ਹੋਇਆ ਜਦੋਂ ਕਿਤੇ ਕੋਈ ਇਸ ਕਿਸਮ ਦਾ ਹੁੰਦਾ, ਦਲਿਤਾਂ ਦੀਆਂ ਬਸਤੀਆਂ ਸਾੜ ਦਿੱਤੀਆਂ ਜਾਂਦੀਆਂ ਨੇ। ਸੋ ਅੱਜ ਵੀ ਉਸ ਭਾਰਤ ਦੇ ਵਿੱਚ ਜਿੱਥੇ ਕਿਹਾ ਜਾਂਦਾ ਹੈ ਕਿ ਜੀ ਕਾਨੂੰਨ ਦੀਆਂ ਨਜ਼ਰਾਂ 'ਚ ਸਾਰੇ ਬਰਾਬਰ ਨੇ ਔਰ ਮੱਧ ਪ੍ਰਦੇਸ਼ ਵਰਗੀ ਸਟੇਟ, ਸੋ ਇਹ ਗੱਲ ਕਦਲੀ ਕਿਉਂਕਿ ਇੱਕ ਪਿੰਡ ਦੀ ਆ ਗਈ ਗੱਲ ਤੇ ਸਾਹਮਣੇ ਜੀ ਜੀ। ਪਰ ਇਹ ਆਲਮੋਸਟ ਹਰ ਸਟੇਟ ਦੇ ਵਿੱਚ, ਪੰਜਾਬ ਦੇ ਵਿੱਚ ਭਾਵੇਂ ਅਸੀਂ ਹਮੇਸ਼ਾ ਹੀ ਕੰਡੈਮ ਕਰਦੇ ਹਾਂ ਸਿੱਖਾਂ ਦਾ ਜਾਂ ਜਿਹੜੇ ਲੋਕ ਉੱਥੇ ਪੇਂਡੂ ਸਮਾਜ ਖਾਸ ਤੌਰ 'ਤੇ ਜਾਤ ਪਾਤੀ ਸਿਸਟਮ ਨੂੰ ਜਿਹੜਾ ਉਹ ਐਨਕਰੇਜ ਕਰਦੇ, ਪਰ ਜੇ ਤੁਸੀਂ ਫਰਕ ਦੇਖਣਾ ਕਿ ਵੀ ਸਿੱਖੀ ਵਿਚਾਰਧਾਰਾ ਨੇ ਪੰਜਾਬ ਦੇ ਵਿੱਚ ਕਿਵੇਂ ਪੋਜ਼ਿਟਿਵ ਚੇਂਜ ਲਿਆਉਂਦੀ, ਭਾਵੇਂ ਅਜੇ ਮਾਨਸਿਕਤਾ 'ਚ ਸਾਡੇ ਬੜੀ ਹੋਈ ਹੈ ਜਾਤ ਪਾਤ, ਅਤੇ ਫਿਰ ਤੁਸੀਂ ਬਾਕੀ ਸੂਬਿਆਂ 'ਚ ਜਾ ਕੇ ਦੇਖੋ, ਸਟੇਟਾਂ ਜਾ ਕੇ ਦੇਖੋ, ਜਿੱਥੇ ਬਹੁਤ ਸਾਰਾ ਇਲਾਕਾ ਹੈ ਤਮਿਲਨਾਡੂ ਦੇ ਵਿੱਚ ਵੀ ਜਿੱਥੇ ਇਹਨਾਂ ਨੂੰ ਘੋੜੀ 'ਤੇ ਚੜ੍ਹਨ ਦੀ ਆਗਿਆ ਨਹੀਂ ਹੈ, ਇਹ ਚੁਬਾਰਾ ਨਹੀਂ ਪਾ ਸਕਦੇ, ਬਾਕੀ ਤਾਂ ਹੱਕ ਪਾਣੀ ਨਹੀਂ ਲੈ ਸਕਦੇ, ਉਹਨਾਂ ਖੂਹਾਂ 'ਤੇ ਇਹਨਾਂ ਦੇ ਖੂਹ ਵੱਖਰੇ ਨੇ ਜਿੱਥੋਂ ਪਾਣੀ ਲੈ ਸਕਦੇ ਨੇ। ਸੋ ਇਸ ਸਾਰੇ 'ਚ, ਔਰ ਹੁਣੇ ਹੀ ਇੱਕ ਖਬਰ ਵੀ ਸੀ ਈਵਨ ਰਾਜਸਥਾਨ ਦੇ ਹਵਾਲੇ ਨਾਲ ਸੀ ਸ਼ਾਇਦ ਕਿ ਕਿਸੇ ਕੁੜੀ ਦੀ ਉਹ ਪਹਿਲਾਂ ਜੰਮਦੇ ਜਿਹੜਾ ਵਿਆਹ ਤੈਅ ਕਰ ਦਿੰਦੇ ਨੇ, ਉੱਥੋਂ ਸਤੀ ਮੰਦਰ ਵੀ ਸਭ ਤੋਂ ਜ਼ਿਆਦਾ ਰਾਜਸਥਾਨ 'ਚ ਨੇ, ਕੋਈ ਜ਼ਬਰਦਸਤੀ ਅੱਜ ਵੀ ਅੱਗ ਦੇ ਵਿੱਚ ਸੁੱਟ ਦਿੰਦੇ ਨੇ ਕੁੜੀਆਂ ਨੂੰ। ਔਰ ਉਸ ਕੁੜੀ ਨੇ ਕਿਹਾ ਕਿ ਜੀ ਜਦੋਂ ਵੱਡੀ ਹੋਈ ਉਹਨੇ ਕਿਹਾ ਜੀ ਮੈਂ ਨਹੀਂ ਇਹਨੂੰ ਮੰਨਦੀ, ਉਹ ਪੰਚਾਇਤ ਨੇ ਜਾਂ ਦੂਜਾ ਇਕੱਠੇ ਹੋ ਕੇ 16 ਲੱਖ ਰੁਪਈਏ ਦਾ ਉਹਨੂੰ ਜੁਰਮਾਨਾ ਕੀਤਾ ਕਿ ਵੀ ਜੇ ਤੂੰ ਜਿਹੜਾ ਬਚਪਨ ਦੇ ਵਿੱਚ ਕੀਤਾ ਹੋਇਆ ਇਕਰਾਰ ਜਿਹੜਾ ਤੇਰੇ ਪਿਓ ਨੇ ਕੀਤਾ ਸੀ ਜੇ ਤੂੰ ਉਹ ਤੋੜਨਾ ਤਾਂ 16 ਲੱਖ ਦਾ ਜੁਰਮਾਨਾ। ਇਹ ਉੱਥੇ ਦੀ ਕਾਨੂੰਨ ਸੁਸਾਇਟੀ 'ਚ ਹੁੰਦਾ ਹੈ, ਮੀਡੀਆ ਦੇ ਵਿੱਚ ਖਬਰਾਂ ਆਉਂਦੀਆਂ, ਪਰ ਜ਼ਾਹਰ ਹੈ ਕਿ ਵੀ ਹੁਣ ਵੀ ਤੁਸੀਂ ਕਹੀ ਜਾਓ ਜੀ ਸਭ ਤੋਂ ਵੱਡਾ ਲੋਕਤੰਤਰ ਅਤੇ ਬਰਾਬਰੀ ਅਤੇ ਫਲਾਣਾ ਅਤੇ ਢਿਮਕਾ। ਸੋ ਇਹ ਹੁਣ ਹੈਲਮੇਟ ਵਾਲਾ ਦੂਲਾ ਜਿਹੜਾ ਹੋ ਗਿਆ, ਪਰ ਮੈਂ ਜੋਕ ਕਰ ਰਿਹਾ ਸੀ, ਮੈਂ ਕਿਹਾ ਇਹ ਸਾਡੇ ਜਿਹੜੇ ਕੋਈ ਯੈਂਕੀ ਕਿਸਮ ਦੇ ਨੇ ਪੰਜਾਬ 'ਚ ਉਹਨਾਂ ਨੂੰ ਨਾ ਲੱਗੇ ਵੀ ਇਹ ਤਾਂ ਸਿਰੇ ਨਾਲੋਂ ਜ਼ਿਆਦਾ ਸੋਹਣਾ ਲੱਗਦਾ, ਉਹ ਹੈਲਮੇਟ ਪਾ ਕੇ ਤੁਰੇ ਹੋਣ ਦੇਖਣ। ਪਰ ਇਹ ਸ਼ੋਅ ਕਰਦਾ ਵੀ ਕਿਸ ਲੈਵਲ 'ਤੇ ਅੱਜ ਵੀ ਇਹ ਜਿਹੜਾ ਜਾਤ ਪਾਤੀ ਸਮਾਜ ਹੈ ਕਿਵੇਂ ਹਾਵੀ ਹੈ ਇਹ ਮਾਨਸਿਕਤਾ, ਇਹ ਮਹਾਨ ਭਾਰਤ ਦੀਆਂ ਨਿਸ਼ਾਨੀਆਂ। ਹਾਂ ਮਹਾਨ ਭਾਰਤ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦੀ ਸ਼ਾਰਟ ਬ੍ਰੇਕ।